ਇੰਡੀਆ ਨਿਊਜ਼। ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ। ਸਾਂਝੀ ਸਟੇਜਾਂ 'ਤੇ ਕੈਪਟਨ ਦਾ ਪ੍ਰਤੀਕਰਮ ਸਾਹਮਣੇ ਆਇਆ ਸੀ। ਸਾਂਝੀ ਸਟੇਜ ਲਾਉਣੀ ਚਾਹੁੰਦੇ ਸੀ ਕੈਪਟਨ ਨੇ ਕਿਹਾ। ਸਾਂਝੀ ਸਟੇਜਾਂ ਨੂੰ ਲੈ ਕੇ ਉਹਨਾਂ ਦਾ ਬਿਆਨ ਕਾਫੀ ਅਹਿਮ ਰੱਖਦਾ। ਇਹ ਕਹਿ ਰਹੇ ਨੇ ਕਿ ਅਸਾਂ ਜਿਹੜੇ ਹੈ ਸਾਂਝੀ ਸਟੇਜ ਲਾਉਣੀ ਚਾਹੁੰਦੇ ਸੀ, ਪਰ ਭਾਰਤ ਸਰਕਾਰ ਨੇ ਸਟੇਜ ਨੂੰ ਵੱਖ ਕਰ ਦਿੱਤਾ। ਭਾਰਤ ਸਰਕਾਰ 'ਤੇ ਉਹਨਾਂ ਨੇ ਇਲਜ਼ਾਮਾਂ ਲਾਏ ਨੇ। ਕੈਪਟਨ ਦਾ ਇਲਜ਼ਾਮ ਹੈ ਪੰਜਾਬ ਸਰਕਾਰ ਨੇ 560 ਕਰੋੜ ਰੁਪਏ ਲਗਾ ਦਿੱਤੇ ਨੇ ਹੁਣ ਤੱਕ। ਕੈਪਟਨ ਦਾ ਇਹ ਬਿਆਨ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਕੈਪਟਨ ਨੇ ਬਿਆਨ ਵੀ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਅਤੇ ਜਾਂ ਤਾਂ SGPC ਨੂੰ ਜਾਂ ਕੇਂਦਰ ਸਰਕਾਰ ਨੂੰ ਜਿਹੜੀ ਆਮ ਸੰਗਤ ਹੈ ਜਿਹੜੀ ਅਫੋਰਡ ਨਹੀਂ ਕਰ ਸਕਦੀ $20 ਦੀ ਫੀਸ ਨੂੰ, ਉਹ ਰਲ ਮਿਲ ਕੇ ਇਹਨਾਂ ਨੂੰ ਦੇਣੀ ਚਾਹੀਦੀ ਹੈ, ਜਿਵੇਂ ਕਿ ਹਜ ਯਾਤਰਾ ਲਈ ਕੀਤੀ ਜਾਂਦੀ ਹੈ। ਸਾਫ਼ ਤੌਰ 'ਤੇ ਉਹਨਾਂ ਦੇ ਜਵਾਬ 'ਚ ਇਹਨਾਂ ਨੇ ਇਹ ਦੱਸਿਆ ਹੈ ਕਿ ਮੈਂ ਕਿੰਨਾ ਕੁ ਪੈਸਾ ਖਰਚ ਚੁੱਕੇ ਹਾਂ। ਅਸੀਂ ਸਾਂਝੀ ਸਟੇਜ ਨੂੰ ਵੀ ਲੈ ਕੇ ਤਿਆਰ ਸੀ, ਕੈਪਟਨ ਨੇ ਗੱਲ ਕਹੀ ਹੈ, ਪਰ ਦੂਜੇ ਪਾਸੇ ਕੇਂਦਰ 'ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ, ਪਰ ਭਾਰਤ ਸਰਕਾਰ ਨੇ ਸਟੇਜ ਵੱਖ ਕਰ ਦਿੱਤੀ ਹੈ। ਅਸੀਂ ਸਰਕਾਰ ਇੱਕ ਸਟੇਜ ਬਣਾਈ ਸੀ ਜੋ ਸਾਡੀ ਗਵਰਨਮੈਂਟ, ਦੇਖੋ ਸਾਡੇ ਪੰਜਾਬ ਗਵਰਨਮੈਂਟ ਨੇ ਇਸ 'ਤੇ ਤਕਰੀਬਨ 560 ਕਰੋੜ ਰੁਪਈਆ ਲਗਾ ਦਿੱਤਾ ਪੂਰਾ ਉਰੇ ਔਰ ਸੁਲਤਾਨਪੁਰ ਲੋਧੀ ਸਾਹਿਬ 'ਤੇ, ਕਿਉਂਕਿ ਇਹ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਸਾਡੇ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਸਰਕਾਰ 'ਚ ਹੈ ਕਿ ਉਰੇ ਇਹਦੇ ਵਿੱਚ ਅਸੀਂ ਸਾਂਝਾ ਸਟੇਜ ਲਗਾਉਣਾ ਚਾਹੁੰਦੇ ਸੀ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਸਿਕਿਉਰਿਟੀ ਲਿਹਾਜ਼ ਨਾਲ ਉਸ ਨੂੰ ਥੋੜ੍ਹੀ ਦੂਰ ਰੱਖਿਆ ਔਰ ਉਹ ਸਾਡੇ ਵਾਸਤੇ ਠੀਕ ਹੈ। ਆਈ ਐਮ ਨੋਟ ਹੇਅਰ ਟੂ ਆਨਸਰ ਮਿਸਟਰ ਪ੍ਰਕਾਸ਼ ਪ੍ਰਤਾਪ ਸਿੰਘ ਬਾਜਵਾ। ਅਸੀਂ ਸਰਕਾਰ ਇੱਕ ਸਟੇਜ ਬਣਾਈ ਸੀ ਜੋ ਸਾਡੀ ਗਵਰਨਮੈਂਟ, ਦੇਖੋ ਸਾਡੇ ਪੰਜਾਬ ਗਵਰਨਮੈਂਟ ਨੇ ਇਸ 'ਤੇ ਤਕਰੀਬਨ 560 ਕਰੋੜ ਰੁਪਈਆ ਲਗਾ ਦਿੱਤਾ ਪੂਰਾ ਉਰੇ ਔਰ ਸੁਲਤਾਨਪੁਰ ਲੋਧੀ ਸਾਹਿਬ 'ਤੇ, ਕਿਉਂਕਿ ਇਹ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਸਾਡੇ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਸਰਕਾਰ 'ਚ ਹੈ ਕਿ ਔਰ ਇਹਦੇ ਵਿੱਚ ਅਸੀਂ ਸਾਂਝਾ ਸਟੇਜ ਲਗਾਉਣਾ ਚਾਹੁੰਦੇ ਸੀ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਸਿਕਿਉਰਿਟੀ ਲਿਹਾਜ਼ ਨਾਲ ਉਸ ਨੂੰ ਥੋੜ੍ਹੀ ਦੂਰ ਰੱਖਿਆ ਔਰ ਉਹ ਸਾਡੇ ਵਾਸਤੇ ਠੀਕ ਹੈ। ਆਈ ਐਮ ਨੋਟ ਹੇਅਰ। ਅਤੇ ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ 560 ਕਰੋੜ ਰੁਪਏ ਖਰਚਣ ਦੀ ਗੱਲ ਉਹ ਕਰ ਰਹੇ ਨੇ ਅਤੇ ਭਾਰਤ ਸਰਕਾਰ 'ਤੇ ਵੀ ਇਹਨਾਂ ਨੇ ਇਲਜ਼ਾਮ ਲਾਏ ਨੇ। ਹਰ ਤਰ੍ਹਾਂ ਦੇ ਹੱਡੀਆਂ, ਜੋੜਾਂ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀਆਂ ਦਾ ਇਲਾਜ ਵਿਦੇਸ਼ਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ ਨਾਲ ਕੀਤਾ ਜਾਂਦਾ ਹੈ। ਸੰਪਰਕ ਕਰੋ NK ਅਗਰਵਾਲ ਜੁਆਇੰਟ ਐਂਡ ਸਪਾਈਨ ਸੈਂਟਰ, BRS ਨਗਰ, ਲੁਧਿਆਣਾ, 977-967-3359।